ਲਗਾਤਾਰ ਪਿਛਲੇ ਦਿਨਾਂ ਦੀ ਜੇ ਅਸੀਂ ਗੱਲ ਕਰ ਲਈਏ ਹਾਰਟਸ ਦੇ ਜਿਹੜੇ ਮਰੀਜ਼ ਐ ਉਹਨਾਂ ਦੀ ਸੰਖਿਆ ਵਧੀ ਹੈ ਹਾਰਟ ਫੇਲਿਅਰ ਹਾਰਟ ਅਟੈਕ ਦੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ ਹਾਲਾਂਕਿ ਏਜ ਫੈਕਟਰ ਵੀ ਜਿਹੜਾ ਹੈਗਾ ਦੇਖਿਆ ਜਾਈਏ ਤਾਂ ਛੋਟੇ ਬੱਚੇ ਨੂੰ ਲੈ ਕੇ ਜਾਂ ਫਿਰ ਯੰਗ ਏਜ ਹੈ ਇਸ ਤਰ੍ਹਾਂ ਦੇ ਲਗਾਤਾਰ ਮਾਮਲੇ ਸਾਹਮਣੇ ਆਏ ਆ ਰੀਜ਼ਨ ਕੀ ਹੁੰਦਾ ਹੈ ਹਾਰਟ ਫੇਲਿਅਰ ਕਿਉਂ ਹੁੰਦਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇਸ ਨੂੰ ਲੈ ਕੇ ਆ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੋਈ ਹੈ ਸੀਨੀਅਰ ਡਾਕਟਰਸ ਨੇ ਆਪਣੀ ਜਿਹੜੀ ਚੀਜ਼ਾਂ ਉਹ ਸਾਂਝਾ ਕੀਤੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇਹਦੇ ਵਿੱਚ ਕੀ ਰੋਲ ਹੈ ਕਿਸ ਤਰ੍ਹਾਂ ਦੀ ਹੋਰ ਅਪਡੇਟ ਹੈ ਇਸ ਨੂੰ ਲੈ ਕੇ ਵੀ ਕਈ ਚੀਜ਼ਾਂ ਦਾ ਜਿਹੜਾ ਹੈਗਾ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਾਲ ਸੀਨੀਅਰ ਡਾਕਟਰ ਹਰਿੰਦਰ ਕੁਮਾਰ ਬੱਲੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਕਿਉਂਕਿ ਹਾਰਟ ਫੇਲਿਅਰ ਅੱਜ ਬਹੁਤ ਅਹਿਮ ਮੁੱਦਾ ਹੈ ਹਾਰਟ ਫੇਲਿਅਰ ਦਾ ਕਿਉਂਕਿ ਕਈ ਦੇਖਿਆ ਗਿਆ ਹੈ ਕਿ ਜਿਹੜੇ ਚਾਹੇ ਛੋਟੀ ਏਜ ਦਾ ਹੋ ਸਟੂਡੈਂਟ ਹੋਣ ਨੌਜਵਾਨ ਹੋਣ ਏਜ ਫੈਕਟਰ ਹੋਣ ਹਾਰਟ ਫੇਲਿਅਰ ਜਿਹੜਾ ਹੈਗਾ ਉਹ ਜ਼ਰੂਰ ਦੇਖਣਾ ਇਹ ਕਾਮਨ ਜੀ ਗੱਲ ਰੀਜ਼ਨ ਕੀ ਹੁੰਦਾ ਕਿਉਂ ਹੁੰਦਾ ਹਾਰਟ ਫੇਲਿਅਰ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਰੋਲ ਹੈ ਅਪਡੇਟ ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਉਸ ਨੂੰ ਲੈ ਕੇ ਜਾਣਕਾਰੀ ਪਹਿਲੇ ਤੇ ਮੈਂ ਤੁਹਾਡੇ ਸਾਰੇ ਲੋਕਾਂ ਨੂੰ ਸ਼ੁਕਰੀਆ ਕਰਾਂਗਾ ਮੈਨੂੰ ਬੁਲਾਇਆ ਤੁਸੀਂ ਇੱਥੇ ਫਿਰ ਮੈਂ ਕਹਾਗਾ ਕਿ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਹਾਰਟ ਅਟੈਕ ਕੀ ਹੈ ਹਾਰਟ ਫੇਲਿਅਰ ਕੀ ਹੈ ਸਡਨ ਕਾਰਡੀਕ ਡੈਥ ਕੀ ਹੈ ਹਾਰਟ ਅਟੈਕ ਦਾ ਮਤਲਬ ਹੈ ਕਿ ਦਿਲ ਦੀ ਨਾੜੀ ਬੰਦ ਹੋ ਗਈ ਦਿਲ ਦੀ ਨਾੜੀ ਬੰਦ ਹੋਣ ਦੇ ਕਾਰਨ ਉਹ ਜਿਹੜਾ ਹਾਰਟ ਦਾ ਮਸਲ ਜਿਹੜਾ ਉਹ ਆਸ-ਆਸ ਤੋਂ ਉਹਦੀ ਨੈਕ੍ਰੋਸਿਸ ਹੋ ਗਿਆ ਡੈੱਡ ਹੋ ਗਿਆ। ਤੋਂ ਇਹਨੂੰ ਅਸੀਂ ਕਹਿੰਦੇ ਹਾਂ ਹਾਰਟ ਅਟੈਕ। ਤੋਂ ਇਹਦਾ ਇਲਾਜ ਹੁੰਦਾ ਕਿ ਦਿਲ ਦੀ ਨਾੜੀ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਜਿੰਨੀ ਜਲਦੀ ਹੋ ਸਕੇ ਪੂਰਾ ਖੋਲ ਦਈਏ। ਜੀ। ਹਾਰਟ ਫੇਲਿਅਰ ਦਾ ਮਤਲਬ ਇਹ ਹੈ ਕਿ ਹਾਰਟ ਮਸਲ ਕਮਜ਼ੋਰ ਹੋ ਗਿਆ। ਹਾਰਟ ਮਸਲ ਕਮਜ਼ੋਰ ਕਰਕੇ ਉਹਦੀ ਪੰਪਿੰਗ ਐਕਸ਼ਨ ਕਮਜ਼ੋਰ ਹੋ ਗਈ। ਉਸ ਕਾਰਨ ਪੇਸ਼ੈਂਟ ਨੂੰ ਸਿੰਪਟਮਸ ਆਉਂਦੇ ਆ ਜੋ ਸਾਹ ਚੜਦਾ। ਰਾਤ ਨੂੰ ਸੋਏ ਸੋਏ ਸਾਹ ਚੜਦਾ। ਸਿੱਧਾ ਲੇਟਣ ਨਾਲ ਸਾਹ ਚੜਦਾ। ਹਾਤਾ ਪਹਾਂ ਤੇ ਮੂੰਹ ਤੇ ਸੋਜਿਸ਼ ਆ ਜਾਂਦੀ ਹੈ ਔਰ ਚਲਨ ਤੇ ਦਿਸਾ ਚੜਦਾ ਇਹਨੂੰ ਅਸੀਂ ਕਹਿੰਦੇ ਹਾਂ ਹਾਰਟ ਫੇਲਿਅਰ ਦੇ ਸਿੰਪਟਮ ਤੀਸਰਾ ਅਸੀਂ ਕਹਿੰਦੇ ਹਾਂ ਸਡਨ ਕਾਰਡੀਕ ਡੈਥ ਇਹ ਪਹਿਲੇ ਮਰੀਜ਼ ਪਹਿਲੇ ਮਰੀਜ਼ ਤੇ ਨਹੀਂ ਕਹਿ ਸਕਦੇ ਉਸ ਸਮੇਂ ਪਹਿਲੇ ਇਨਸਾਨ ਬਿਲਕੁਲ ਠੀਕ ਸੀਗਾ ਔਰ ਵਿਦਿਨ ਹਾਫ ਐਨ ਆਰ ਕੁਝ ਐਸੇ ਸਿੰਪਟਮਸ ਹੋ ਗਏ ਜਿਸ ਨਾਲ ਉਹਨਾਂ ਨੂੰ ਨਹੀਂ ਰਿਹਾ ਉਹਨੂੰ ਅਸੀਂ ਕਹਿੰਦੇ ਹਾਂ ਸਡਨ ਕਾਰਡੀਕ ਡੈਥ ਉਹ ਅਰਿਦਮਿਕ ਡੈਥ ਹੁੰਦੀ ਹੈ ਹਾਰਟ ਬੀਟ ਇਰੈਗੂਲਰ ਹੋ ਜਾਂਦੀ ਇੰਨੀ ਜ਼ਿਆਦਾ ਕਿ ਉਹ ਬਾਡੀ ਨੂੰ ਸਪੋਰਟ ਨਹੀਂ ਕਰ ਪਾਉਂਦੀ ਤੋ ਜਿੱਥੇ ਤੱਕ ਤੇ ਇਲਾਜ ਹਾਰਟ ਫੇਲਿਅਰ ਹਾਰਟ ਫੇਲਰ ਮਤਲਬ ਪੰਪਿੰਗ ਐਕਸ਼ਨ ਕਮਜ਼ੋਰ ਹੋ ਗਈ ਬਾਡੀ ਵਿੱਚ ਫਲੂਇਡ ਇਕੱਠਾ ਹੋ ਗਿਆ ਉਸ ਕਰਕੇ ਸਾਦੀ ਦਿੱਕਤ ਆਈ ਇਹਦੇ ਬڑے ਕਾਰਨ ਡਾਇਬੀਟਿਸ ਕਰਕੇ ਵੀ ਹੋ ਸਕਦਾ ਹੈ ਬਲੱਡ ਪ੍ਰੈਸ਼ਰ ਕਰਕੇ ਵੀ ਹੋ ਸਕਦਾ ਹੈ ਵੈਲਵ ਦੀ ਬਿਮਾਰੀ ਕਰਕੇ ਵੀ ਹੋ ਸਕਦਾ ਹੈ ਹਾਰਟ ਮਸਲ ਆਪਣੇ ਆਪ ਕਮਜ਼ੋਰ ਹੋ ਜਾਏ ਜਿਹਨੂੰ ਸੇ ਕਹਿੰਦੇ ਹਨ ਕਾਰਡੀਓਮਾਇਓਪੈਥੀ ਉਸ ਕਰਕੇ ਹੁੰਦਾ ਪਰ ਸਭ ਤੋਂ ਇੰਪੋਰਟੈਂਟ ਕਾਰਨ ਇਹਦਾ ਹੈ ਕਿ ਕੋਰਨਰੀਆਰਟੀਟਿਸ ਜਿਲਦੀ ਨਾੜੀਆਂ ਵਿੱਚ ਬਲੌਕੇਟ ਹੈ ਉਹ ਬਲੌਕੇਟ ਇਸ ਕਰਕੇ ਹੋ ਸਕਦਾ ਕਿ ਪਹਿਲੇ ਹਾਰਟ ਅਟੈਕ ਹੋਇਆ ਹੋਵੇ ਹਾਰਟ ਅਟੈਕ ਕਰਕੇ ਹਾਰਟ ਮਸਲ ਉਸ ਵੇਲੇ ਕਮਜ਼ੋਰ ਹੋਇਆ ਜੋ ਅੱਗੇ ਜਾ ਕੇ ਉਹਨੇ ਹਾਰਟ ਫੇਲ ਪ੍ਰੋਡਿਊਸ ਕੀਤਾ। ਇਹ ਮਲਟੀਪਲ ਛੋਟੇ-ਛੋਟੇ ਅਟੈਕ ਹੋਏ ਜਿਸ ਕਰਕੇ ਹਾਰਟ ਮਸਲ ਕਮਜ਼ੋਰ ਹੋ ਗਿਆ। ਤੇ ਹਾਰਟ ਫੇਲਅਰ ਦਾ ਪਹਿਲੇ ਜਿਹੜਾ ਅਸੀਂ ਇਲਾਜ ਕਰਦੇ ਸੀਗੇ ਉਹ ਕਰਦੇ ਸੀ ਸਿੰਪਟੋਮੈਟਿਕ ਰੀਲੀਫ ਕਰਕੇ ਕਿ ਪੇਸ਼ੈਂਟ ਨੂੰ ਸੋਜਿਸ਼ ਨਾ ਹੋਵੇ, ਸਾਹ ਨਾ ਛੜੇ, ਹਸਪੀਟਲ ਦਾਖਲ ਨਾ ਹੋਣਾ ਪਵੇ ਔਰ ਉਹ ਐਕਟੀਵਿਟੀ ਜ਼ਿਆਦਾ ਕਰ ਪਾਏ। ਮਗਰ ਹੁਣ ਇਹ ਸਾਨੂੰ ਕਹਿੰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਹੁਣ ਐਸੀ ਦਵਾਈਆਂ ਵੀ ਆ ਗਈਆਂ ਜਿਸ ਕਰਕੇ ਅਸੀਂ ਸਿੰਟਮ ਰਿਲੀਫ ਤੇ ਕਰਦੇ ਹੀ ਆ ਪਰ ਉਹਨਾਂ ਦੀ ਕੁਆਲਿਟੀ ਆਫ ਲਾਈਫ ਨੂੰ ਵੀ ਇੰਪਰੂਵ ਕਰਦੇ ਆ ਉਹਨਾਂ ਦੀ ਐਫਰਟ ਟੋਲਰੈਂਸ ਨੂੰ ਵੀ ਇੰਪਰੂਵ ਕਰਦੇ ਆ ਤੇ ਉਹਨਾਂ ਦੇ ਉਮਰ ਵੀ ਵਧਾਉਂਦੇ ਆ ਲੌਂਜੀਵਿਟੀ ਵੀ ਵਧਾਉਂਦੇ ਆ ਮਾਰਟੈਲਿਟੀ ਬੈਨੀਫਿਟ ਵੀ ਤੇ ਇਹ ਦਵਾਈਆਂ ਜਿਹੜੀਆਂ ਬੜੀਆਂ ਇੰਪੋਰਟੈਂਟ ਹੈ ਔਰ ਅਸੀਂ ਇਹਦੇ ਬਾਰੇ ਡਿਸਕਸ਼ਨ ਕਰ ਰਹੀਏ ਔਰ ਅਸੀਂ ਚਾਹੁੰਦੇ ਆ ਕਿ ਇਹ ਸਾਰੇ ਮਰੀਜ਼ਾਂ ਚ ਇਸਤੇਮਾਲ ਹੋਏ ਆਪਟਿਮਮ ਡੋਸ ਵਿੱਚ ਇਸਤੇਮਾਲ ਹੋਏ ਔਰ ਲੌਂਗ ਟਰਮ ਤੇ ਇਸਤੇਮਾਲ ਹੋਵੇ ਲੇਕਿਨ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਸਵਾਲ ਹੈ ਜਿੱਦਾਂ ਤੁਸੀਂ ਕਿਹਾ ਕਿ ਹੋ ਸਕਦੀ ਕਿਸੇ ਨੂੰ ਵੀ 나ੜੀਆਂ ਦੀ ਪ੍ਰੋਬਲਮ ਹੋ ਗਈ ਜਾਂ ਡਾਇਬਟੀਜ਼ ਦੀ ਪ੍ਰੋਬਲਮ ਹੋ ਗਈ ਲੇਕਿਨ ਅਸੀਂ ਪਿਛਲੇ ਦਿਨਾਂ ਦੇਖਿਆ ਕਿ ਸਟੂਡੈਂਟਸ ਈਵਨ ਸਟੂਡੈਂਟ ਜਿਹੜੀ ਛੋਟੀ ਏਜ ਦੇ ਉਹਨਾਂ ਨੂੰ ਵੀ ਹਾਰਟ ਅਟੈਕ ਕਰਕੇ ਅਨਫੋਰਚਨਟਲੀ ਡੈਥ ਹੋ ਗਈ ਹੈ ਰੀਜ਼ਨ ਕੀ ਹੁੰਦਾ ਕਿਉਂਕਿ ਡਾਇਬਟੀਜ਼ ਛੋਟੇ ਬੱਚੇ ਨੂੰ ਜਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਤੋਂ ਨਹੀਂ ਹੋएगी ਇਹ 나ੜੀਆਂ ਜਿਹੜੀ ਹੈਗੀ ਕਿਉਂਕਿ ਉਹਨਾਂ ਦੀ ਯੰਗ ਏਜ ਹੁੰਦੀ ਹੈ ਮੈਂ ਫਿਰ ਉਹ ਕਹਾਂਗਾ ਕਿ ਅਸੀਂ ਹਾਰਟ ਫੇਲਿਅਰ ਤੇ ਹਾਰਟ ਅਟੈਕ ਨੂੰ ਥੋੜਾ ਜਿਹਾ ਡਿਫਰੈਂਸ਼ੀਏਟ ਕਰੀਏ ਓਕੇ ਅਸੀਂ ਯੰਗ ਏਜ ਹਾਰਟ ਅਟੈਕ ਦੀ ਗ 40 ਸਾਲ ਦੇ ਉੱਪਰ ਲੋਕਾਂ ਨੂੰ ਹਾਰਟ ਅਟੈਕ ਹੁੰਦਾ ਬਿਲਕੁਲ ਹੁਣ ਅਸੀਂ ਦੇਖ ਰਹੇ ਹਾਂ ਕਿ 30 ਨੂੰ ਛੱਡੋ 25 27 ਸਾਲ 28 ਸਾਲ ਦੀ ਉਮਰ ਨੂੰ ਵੀ ਹਾਰਟ ਅਟੈਕ ਹੋ ਰਿਹਾ ਹੈ ਬਿਲਕੁਲ ਔਰ ਅਸੀਂ ਦੇਖਿਆ ਸਾਡੇ 뮤జిਸ਼ੀਅਨ ਚ ਬਾਲੀਵੁੱਡ ਦੇ 뮤జిਸ਼ੀਅਨ ਚ ਦਿੱਕਤ ਹੋ ਗਈ ਐਕਟਰਸ ਦਿੱਕਤ ਹੋ ਗਈ ਸਾਊਥ ਇੰਡੀਆ ਦੇ ਐਕਟਰਸ ਦਿੱਕਤ ਹੋ ਗਏ ਕਾਫੀ ਪ੍ਰੋਮਿਨੈਂਟ ਪਰਸਨੈਲਿਟੀ ਨੂੰ ਯੰਗ ਏਜ ਹਾਰਟ ਅਟੈਕ ਹੋ ਗਿਆ ਉਹਦਾ ਕਾਰਨ ਅਸੀਂ ਸਮਝਦੇ ਹਾਂ ਕਿ ਇੱਕ ਤੇ ਨਾੜੀ ਬਲਾਕ ਹੋਣ ਦਾ ਇੰਪੋਰਟੈਂਟ ਕਾਰਨ ਹੈ ਕਿ ਉਹਨਾਂ ਨੂੰ ਕਈ ਲੋਕਾਂ ਨੂੰ ਅੰਡਰਲਾਈਂਗ ਡਾਇਬੀਟੀਜ਼ ਹੈ ਜਾਂ ਬਲੱਡ ਪ੍ਰੈਸ਼ਰ ਹੈ ਜੋ ਸਾਇਲੈਂਟ ਹੁੰਦੇ ਯਾ ਉਹਨਾਂ ਨੇ ਇਲਾਜ ਨਹੀਂ ਕੀਤਾ ਦੂਸਰਾ ਹੈ ਕਿ ਸਟ्रेस ਲੈਵਲ ਬੜਾ ਵੱਧ ਗਿਆ ਉਹ profession ਦਾ ਸਟ्रेस ਲੈਵਲ ਹੋ ਸਕਦਾ personal life ਦਾ ਸਟ्रेस ਹੋ ਸਕਦਾ ਆਪਣੇ ਆਪ ਕੋਲ ਬੜੀ ਜ਼ਿਆਦਾ ਐਕਸਪੈਕਟੇਸ਼ਨ ਹੈ ਕਿ ਬੜੇ ਸ਼ਾਰਟ ਟਾਈਮ ਜਿਵੇਂ ਸਭ ਕੁਝ ਮਿਲ ਜਾਏ ਉਹ ਇਸ ਸਟ्रेस ਪ੍ਰੋਡਿਊਸ ਕਰਦਾ ਤੇ ਸਟ्रेस ਬੜਾ ਲੈਵਲ ਸਾਡੇ ਲਾਈਫ ਵਿੱਚ ਵੱਧ ਗਿਆ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਸਾਊਥ ਏਸ਼ੀਆਨ ਜਿਹੜੇ ਕੰਟਰੀਜ਼ ਅਗੇਨ ਸਾਰਕ ਕੰਟਰੀ ਜਿਨ੍ਹਾਂ ਨੂੰ ਕਹਿੰਦੇ ਆ ਇਹਨਾਂ ਨੂੰ ਜੈਨੇਟਿਕ ਪ੍ਰੀਪੋਜ਼ੀਸ਼ਨ ਵੀ ਹੈ ਹਾਰਟ ਹਾਰਟ ਡਿਜ਼ੀਜ਼ ਦੀ ਉਹਦੇ ਵਿੱਚ ਇੱਕ ਹੋਰ अहम ਹੈ ਸਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਉਸੇ ਗੱਲ ਤੇ ਹਾਲਾਂਕਿ ਨਵਾਂ ਨਵਾਂ ਟੈਕਨੋਲੋਜੀ ਸਾਹਮਣੇ ਆ ਰਹੀ ਹੈ ਨਵੀਂ ਚੀਜ਼ਾਂ ਸਾਹਮਣੇ ਆ ਰਹੀਆਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੀ ਰੋਲ ਰਹਿੰਦਾ ਇਸ ਵਿੱਚ ਆਪਾਂ ਗੱਲ ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇਖਿਓ ਅਸੀਂ ਇਹ ਸਮਝਣਾ ਹੈ ਕਿ ਸਾਡੇ ਕੋਲ ਜਿੰਨਾ ਜ਼ਿਆਦਾ ਡਾਟਾ ਹੋਏਗਾ ਕਿਸੇ ਵੀ ਬਿਮਾਰੀ ਦੇ ਕਰਨ ਤਾਂ ਉਹ ਆਰਟੀਫੀਸ਼ੀਅਲ ਜਿਹੜੇ ਇੰਟੈਲੀਜੈਂਸ ਹੈ ਉਹਨੂੰ ਇੰਨੀ ਜ਼ਿਆਦਾ ਐਨਾਲਾਈਜ਼ ਕਰਕੇ ਉਹਨੂੰ ਰੀਪਰੋਡਿਊਸ ਕਰ ਸਕਦੀ ਹੈ ਉਹਨਾਂ ਐਨਾਲਾਈਜ਼ ਕਰ ਸਕਦੀ ਹੈ ਉਹਦੇ ਰਿਜ਼ਲਟਸ ਸ਼ਾਰਟੈਸਟ ਪੋਸੀ ਤੇ ਅਸੀਂ ਡਾਇਗਨੋਸ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੋਲ ਹੈ ਮੈਡੀਸਨ ਚ ਬਹੁਤ ਜ਼ਿਆਦਾ ਵਧ ਰਿਹਾ ਹੈ ਡਾਇਗਨੋਸਟਿਕ ਮੈਡੀਸਨ ਚ ਬਹੁਤ ਵਧ ਰਿਹਾ ਹੈ ਤੇ ਅੱਜ ਜਿਹੜਾ ਅਸੀਂ ਕਾਨਫਰੈਂਸ ਡਿਸਕਸ ਕੀਤਾ ਕਿ ਹਾਰਟ ਫੇਲਿਅਰ ਦੇ ਜਿਹੜੇ ਮਰੀਜ਼ ਹੈ ਉਹਨਾਂ ਵਿੱਚ ਸਾਡੇ ਕੋਲ ਇੰਨਾ ਜ਼ਿਆਦਾ ਡਾਟਾ ਅੱਜ ਦੇ ਦਿਨ ਚ ਹੈ ਕਿ ਅਸੀਂ ਪ੍ਰੈਡਿਕਟ ਕਰ ਸਕਦੇ ਹਾਂ ਉਹਨਾਂ ਦਾ ਡਾਇਗਨੋਸਿਸ ਕਿ ਐਸੇ-ਐਸੇ ਮਰੀਜ਼ ਨੂੰ ਹਾਰਟ ਫੇਲਿਅਰ ਹੋਣ ਦੇ ਚਾਂਸਸ ਹੈਗੇ ਉਹ ਪਹਿਲੇ ਅਸੀਂ ਪ੍ਰੈਡਿਕਟ ਕਰਨ ਸਕੇ ਯਾਨੀ ਕਿ ਪਹਿਲਾਂ ਹੀ ਜੇਕਰ ਥੋੜਾ ਜਿਹਾ ਉਸ ਲਿਆ ਲიਏ ਤਾਂ ਉਹਨੂੰ ਬਚਾਉਣ ਚ ਬਚਾਉਣ ਚ ਹੈਲਪ ਮਿਲ ਗਈ ਇੱਕ ਗੱਲ ਡਾਇਗਨੋਸਿਸ ਹਾਰਟ ਫੇਲਰ ਦਾ ਡਾਇਗਨੋਸਿਸ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੜਾ ਰੋਲ ਆ ਕੇ ਅੱਗੇ ਆ ਕੇ ਬਣੇਗਾ ਦੂਸਰਾ ਜਿਹੜਾ ਮਰੀਜ਼ਾਂ ਦਾ ਸੀ ਇਲਾਜ ਕਰਦੇ ਹਾਰਟ ਫੇਲਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਬੜਾ ਰੋਲ ਆਏਗਾ ਕਿ ਕਿਹੜੇ ਮਰੀਜ਼ਾਂ ਨੂੰ ਅਸੀਂ ਕਿਹੜੀ ਦਵਾਈਆਂ ਦੇਣੀਆਂ ਕਿਸ ਕਿਸਮ ਦੀਆਂ ਦੇਣੀਆਂ ਤੇ ਉਹ ਅਸੀਂ ਓਪੀਡੀ ਬੇਸਿਸ ਤੇ ਹੀ ਦੇ ਦਈਏ ਜਾਂ ਇੱਕ ਪ੍ਰੋਟੋਕਾਲ ਦੇ ਅੰਡਰ ਹੀ ਦੇ ਦੇ ਤਾਂ ਕਿ ਉਹ ਬੜੀ ਹਾਈ ਲੀ ਐਜੂਕੇਟਿਡ ਡਾਕਟਰ ਦੀ ਜ਼ਰੂਰਤ ਨਾ ਹੋਵੇ ਨਰਸ ਲੈਵਲ ਤੇ ਹੋ ਜਾ ਟੈਕਨੀਕਲ ਲੈਵਲ ਤੇ ਹੋ ਜਾ ਸਾਫਟਵੇਅਰ ਬੇਸਡ ਹੀ ਹੋ ਯਾ ਪੇਸ਼ੈਂਟ ਆਪਣੇ ਜਿਹੜੀ ਦਵਾਈਆਂ ਉੱਪਰ ਥੱਲੇ ਕਰ ਸਕੇ ਜਾਂ ਨਵੀਂ ਸ਼ੁਰੂ ਕਰ ਸਕੇ ਆਪਣੇ ਘਰ ਤੇ ਆਰਟੀਫੀਸ਼ੀਅਲ ਇੰਟੈਲੀਜੈਂਟ ਦੇ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਪੇਸ਼ੈਂਟ ਹੈ ਐਕਸ ਵਾਈ ਜ਼ੈਡ ਉਹਨੂੰ ਕਿਹੜੀ ਡੋਜ਼ ਦੇਣੀ ਹੈ ਆਪ ਹਾਈ ਇਹ ਸਾਰੀ ਚੀਜ਼ਾਂ ਦਾ ਡਾਇਗਨੋਸਿਸ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਇਹ ਦੱਸੇਗਾ ਕਿ ਸਾਡੇ ਬਾਡੀ ਵਿੱਚ ਹੋਣ ਫਲੂਇਡ ਇਕੱਠਾ ਹੋ ਰਿਹਾ ਹੈ ਓਕੇ ਓਕੇ ਤੇ ਇਸ ਕਰਕੇ ਸਾਨੂੰ ਦਵਾਈਆਂ ਚੇਂਜ ਕਰਨ ਦੀ ਜ਼ਰੂਰਤ ਹੈ ਜਾਂ ਵਧਾਣ ਦੀ ਜ਼ਰੂਰਤ ਹੈ ਜਾਂ ਕੁਝ ਕਰਨ ਦੀ ਜ਼ਰੂਰਤ ਹੈ ਤੇ ਇਹ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਪੇਸ਼ੈਂਟ ਮੈਨੇਜਮੈਂਟ ਆਊਟ ਪੇਸ਼ੈਂਟ ਤੇ ਵੀ ਹੈਲਪ ਕਰੇਗਾ ਔਰ ਇਹ ਸਾਡੇ ਕੋਲ ਡਾਟਾ ਇਕੱਠਾ ਹੋ ਗਿਆ ਤਾਂ ਅੱਗੇ ਜਾ ਕੇ ਅਸੀਂ ਸਮਝਦੇ ਹਾਂ ਕਿ ਹਾਰਟ ਫੇਲਰ ਦੇ ਡਾਇਗਨੋਸਿਸ ਵਾਸਤੇ ਵੀ अर्ली ਡਾਇਗਨੋਸਿਸ ਵਾਸਤੇ ਪੀਰੀਆਡਿਕਲ ਏਵੈਲੂਏਸ਼ਨ ਕਰਨ ਕਰਕੇ ਤਾਂ ਕਿ ਉਹਦਾ ਇਲਾਜ ਜਿਹੜਾ ਉਹ ਬਿਲਕੁਲ ਟਿਕਾਣੇ ਨਾਲ ਹੋਏ ਤੇ ਬੜੇ ਜ਼ਿਆਦਾ ਸਾਨੂੰ ਹਸਪੀਟਲ ਦੀ ਜ਼ਰੂਰਤ ਨਾ ਪਵੇ ਜਾਂ ਹਸਪੀਟਲਾਈਜ਼ੇਸ਼ਨ ਦੀ ਜ਼ਰੂਰਤ ਨਾ ਪੜੇ ਜਾਂ ਬੜੇ ਯੂ ਨਾ ਸੀਨੀਅਰ ਡਾਕਟਰ ਦੀ ਜ਼ਰੂਰਤ ਨਾ ਪਵੇ ਇਹ ਬਹੁਤ ਇਹ ਬਹੁਤ ਅਹਿਮ ਹੈ ਜਿੱਦਾਂ ਸਰ ਨੇ ਦੱਸਿਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਇੱਕ ਬਹੁਤ ਵੱਡਾ ਰੋਲ ਜਿਹੜਾ ਹੈਗਾ ਉਹਦੇ ਵਿੱਚ ਕਿਸ ਤਰ੍ਹਾਂ ਡਾਇਗਨੋਸ ਕਰਨਾ ਹੈ ਕਿਸ ਤਰ੍ਹਾਂ ਦੀ ਚੀਜ਼ਾਂ ਉਹਦੀ ਅਪ ਐਂਡ ਡਾਊਨ ਇਹ ਬਹੁਤ ਸਾਰੀ ਚੀਜ਼ਾਂ ਉਹਦੇ ਵਿੱਚ ਮਦਦ ਮਿਲੂਗੀ ਦੂਜਾ ਹਾਰਟ ਫੇਲਿਅਰ ਹਾਰਟ ਅਟੈਕ ਜਿਸ ਤਰ੍ਹਾਂ ਦੀ ਜਿਹੜੀ ਬਿਮਾਰੀ ਹੈ ਕਿਉਂਕਿ ਅੱਜ ਤੋਂ ਯੰਗ ਏਜ ਚ ਜਿਹੜੀ ਹੈਗੀ ਉਹ ਦੇਖਣ ਨੂੰ ਮਿਲਦੀ ਹੈ ਲੇਕਿਨ ਕਿਸ ਤਰ੍ਹਾਂ ਜਿਹੜੀ ਨਵੀਂ ਟੈਕਨੀਕ ਦੇ ਚੱਲਦੇ ਆ ਫਿਰ ਹੋਰ ਸੀਨੀਅਰ ਡਾਕਟਰਸ ਦੀ ਜਿਹੜੀ ਜਿਹੜੀ ਕੰਸਲਟ ਕਰਕੇ ਜਲ ਤੋਂ ਜਲ ਜਿਹੜਾ ਇਹਦਾ ਜੇਕਰ ਇਲਾਜ ਹੁੰ ਸੰਦੀਗਰ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ ਨਿਊਜ਼ 8 ਪੰਜਾਬ